Kilka lat. Gazem do Pajlan. Do Oksiel. ਕਿਸ ਤਰ੍ਹਾਂ ਦੇ ਮੌਸਮਾਂ ਦੇ ਰੂਬਰੂ ਹੋਏ ਅਸੀਂ, ਕਿਸ ਤਰ੍ਹਾਂ ਦੇ ਮੌਸਮਾਂ ਦੇ ਰੂਬਰੂ ਹੋਏ ਅਸੀਂ, ਹੈ ਘਟਾਕਣ ਕੋਲ ਪਰਨਾ ਪੈਲ ਪਾਉਂਦਾ ਮੋਰ ਹੈ, ਹੈ ਘਟਾਕਣ ਕੋਲ ਪਰਨਾ ਪੈਲ ਪਾਉਂਦਾ ਮੋਰ ਹੈ, ਹੁਣ ਉਹ ਜੋ ਅਕਸਰ ਚਹਿਕਦਾ ਸੀ ਉਸ ਦੇ ਚੁੱਪ ਰਹਿਣ ਦੀ ਹੈ ਵਜ੍ਹਾ ਕੁਝ ਹੋਰ, ਪਰ ਉਹ ਦੱਸ ਰਿਹਾ ਕੁਝ ਹੋਰ ਹੈ। ਉਹ ਜੋ ਅਕਸਰ ਚਹਿਕਦਾ ਸੀ ਉਸ ਦੇ ਚੁੱਪ ਰਹਿਣ ਦੀ ਹੈ ਵਜ੍ਹਾ ਕੁਝ ਹੋਰ, ਪਰ ਉਹ ਦੱਸ ਰਿਹਾ ਕੁਝ ਹੋਰ ਹੈ। ਇੱਕ ਸ਼ੇਰ ਬਹੁਤ ਪੁਰਾਤਨ ਧਰਮ ਨਾਲ ਮੈਨੂੰ ਜੋੜਦਾ ਹੈ। ਉਹ ਵੀ ਵੇਲਾ ਸੀ ਜਦੋਂ ਸੰਸਾਗਰਾਂ ਸੰਘਿਆਰੀਆਂ, ਉਹ ਵੀ ਵੇਲਾ ਸੀ ਜਦੋਂ ਸੰਸਾਗਰਾਂ ਸੰਘਿਆਰੀਆਂ, ਹੁਣ ਤਾਂ ਤਪਦੀ ਰੇਤ ਤੇ ਸਾਡਾ ਬਸੇਰਾ ਦੋਸਤਾ, ਔਰ ਰੋਸ਼ਨੀ ਦੀ ਪੈਰ ਛੱਡ ਕੇ ਹੋਰ ਪਾਸੇ ਤੁਰ ਪਏ, ਰੋਸ਼ਨੀ ਦੀ ਪੈਰ ਛੱਡ ਕੇ ਹੋਰ ਪਾਸੇ ਤੁਰ ਪਏ, ਤਾਂ ਹੀ ਸਾਡੇ ਵਿਹੜਿਆਂ ਵਿੱਚ ਹੈ ਹਨੇਰਾ ਦੋਸਤਾ, ਤਾਂ ਹੀ ਸਾਡੇ ਵਿਹੜਿਆਂ ਵਿੱਚ ਹੈ ਹਨੇਰਾ ਦੋਸਤਾ। ਦੋ ਸ਼ੇਰ ਹੋਰ ਗਜ਼ਲ ਤੋਂ ਪਹਿਲਾਂ। ਮੈਂ ਤੇਰੇ ਖਤ ਸਮਝ ਕੇ ਸਾਰਿਆਂ ਨੂੰ ਸਾਂਭ ਲੈਂਦਾ ਹਾਂ, ਮੈਂ ਤੇਰੇ ਖਤ ਸਮਝ ਕੇ ਸਾਰਿਆਂ ਨੂੰ ਸਾਂਭ ਲੈਂਦਾ ਹਾਂ, ਜਦੋਂ ਟੁੱਟੇ ਹੋਏ ਪੱਤੇ ਮੇਰੇ ਵਿਹੜੇ ਚ ਆਉਂਦੇ ਨੇ, ਮੈਂ ਤੇਰੇ ਖਤ ਸਮਝ ਕੇ ਸਾਰਿਆਂ ਨੂੰ ਸਾਂਭ ਲੈਂਦਾ ਹਾਂ, ਜਦੋਂ ਟੁੱਟੇ ਹੋਏ ਪੱਤੇ ਮੇਰੇ ਵਿਹੜੇ ਚ ਆਉਂਦੇ ਨੇ। ਔਰ ਬਸੰਤ ਕਾਦਰ ਵਾਲਾ, ਇਹ ਪੰਛੀ ਪੌਣ ਅੰਬਰ ਬਿਰਖ ਨਦੀਆਂ ਤੇ ਇਹ ਰੂਹ ਮੇਰੀ, ਜਦੋਂ ਤੂੰ ਮੁਸਕਰਾਵੇਂ ਇਹ ਵੀ ਸਾਰੇ ਮੁਸਕਰਾਉਂਦੇ ਨੇ, ਜਦੋਂ ਤੂੰ ਮੁਸਕਰਾਵੇਂ ਇਹ ਵੀ ਸਾਰੇ ਮੁਸਕਰਾਉਂਦੇ ਨੇ। ਇੱਥੇ ਸਵੇਰ ਦੇ ਸੈਸ਼ਨ ਵਿੱਚ ਕਈ ਸਵਾਲਾਂ ਦੀ ਗੱਲ ਚੱਲ ਰਹੀ ਸੀ, ਮੈਂ ਆਪਣੀ ਗਜ਼ਲ ਸਵਾਲਾਂ ਤੱਕ ਮਹਿਦੂਦ ਰੱਖਾਂਗਾ। ਬਹੁਤ ਹੀ ਬੇਖੌਫ ਹੁੰਦੇ ਪਰ ਕਦੀ ਡਰਦੇ ਸਵਾਲ, ਬਹੁਤ ਹੀ ਬੇਖੌਫ ਹੁੰਦੇ ਪਰ ਕਦੀ ਡਰਦੇ ਸਵਾਲ, ਔਰ ਹਰ ਤਰ੍ਹਾਂ ਦੇ ਮੌਸਮਾਂ ਨੂੰ ਹਿੱਕ ਤੇ ਜਰਦੇ ਸਵਾਲ, ਹਰ ਤਰ੍ਹਾਂ ਦੇ ਮੌਸਮਾਂ ਨੂੰ ਹਿੱਕ ਤੇ ਜਰਦੇ ਸਵਾਲ, ਔਰ ਮੱਚ ਗਏ ਭਾਂਬੜ ਦੇ ਵਾਂਗੂ ਜ਼ਹਿਨ ਵਿੱਚ ਭਰ ਕੇ ਅੰਗਾਰ, ਮੱਚ ਗਏ ਭਾਂਬੜ ਦੇ ਵਾਂਗੂ ਜ਼ਹਿਨ ਵਿੱਚ ਭਰ ਕੇ ਅੰਗਾਰ, ਮੈਂ ਤਾਂ ਕੀਤੇ ਸੀ ਉਹਨਾਂ ਨੂੰ ਬਹੁਤ ਹੀ ਠਰਦੇ ਸਵਾਲ, ਮੈਂ ਤਾਂ ਕੀਤੇ ਸੀ ਉਹਨਾਂ ਨੂੰ ਬਹੁਤ ਹੀ ਠਰਦੇ ਸਵਾਲ, ਔਰ ਜਦ ਕਿਸੇ ਅੰਦਰ ਲਗਾ ਲੈਂਦੀ ਹੈ ਡੇਰਾ ਰੋਸ਼ਨੀ, ਜਦ ਕਿਸੇ ਅੰਦਰ ਲਗਾ ਲੈਂਦੀ ਹੈ ਡੇਰਾ ਰੋਸ਼ਨੀ, ਚੁੱਪ ਕਰ ਜਾਂਦੇ ਨੇ ਉਹ ਐਵੇਂ ਨਹੀਂ ਕਰਦੇ ਸਵਾਲ, ਚੁੱਪ ਕਰ ਜਾਂਦੇ ਨੇ ਉਹ ਐਵੇਂ ਨਹੀਂ ਕਰਦੇ ਸਵਾਲ, ਔਰ ਮਹਿਕ ਉਹੀ ਮਾਣਦਾ ਉਸੇ ਦੀ ਹੁੰਦੀ ਹੈ ਕਦਰ, ਮਹਿਕ ਉਹੀ ਮਾਣਦਾ ਉਸੇ ਦੀ ਹੁੰਦੀ ਹੈ ਕਦਰ, ਹੱਲ ਕਰ ਲੈਂਦਾ ਹੁਨਰ ਦੇ ਨਾਲ ਜੋ ਕਰਦੇ ਸਵਾਲ, ਹੱਲ ਕਰ ਲੈਂਦਾ ਹੁਨਰ ਦੇ ਨਾਲ ਜੋ ਕਰਦੇ ਸਵਾਲ, ਔਰ ਧੁੰਦ ਮੁੱਕੇਗੀ ਕਦੋਂ ਹੋਵੇਗਾ ਚਾਨਣ ਕਿਸ ਤਰ੍ਹਾਂ, ਧੁੰਦ ਮੁੱਕੇਗੀ ਕਦੋਂ ਹੋਵੇਗਾ ਚਾਨਣ ਕਿਸ ਤਰ੍ਹਾਂ, ਇਸ ਤਰ੍ਹਾਂ ਦੇ ਹੁਣ ਬੜੇ ਹੀ ਸੋਚ ਵਿੱਚ ਤਰਦੇ ਸਵਾਲ, ਇਸ ਤਰ੍ਹਾਂ ਦੇ ਹੁਣ ਬੜੇ ਹੀ ਸੋਚ ਵਿੱਚ ਤਰਦੇ ਸਵਾਲ, ਔਰ ਨਾ ਮਿਲੇ ਜਦ ਤੀਕ ਇਹਨਾਂ ਨੂੰ ਕੋਈ ਟੁਕਵਾਂ ਜਵਾਬ, ਨਾ ਮਿਲੇ ਜਦ ਤੀਕ ਇਹਨਾਂ ਨੂੰ ਕੋਈ ਟੁਕਵਾਂ ਜਵਾਬ, ਜੋ ਕਿ ਆ ਜਿਉਂਦੇ ਹੀ ਰਹਿੰਦੇ ਨਾ ਕਦੀ ਮਰਦੇ ਸਵਾਲ।